ਅੱਛਾ ਜੀ, ਅਸੀਂ ਸੁੱਤੇ ਪਏ ਸੀਗੇ, ਉੱਠ ਕੇ ਅਸੀਂ ਨਹਾਉਣ ਧੋਣ ਲੱਗੇ ਸੀ ਨਮਾਜ਼ ਵਾਸਤੇ, ਅਤੇ ਦਰਵਾਜ਼ਾ ਖੜਕਿਆ। ਦਰਵਾਜ਼ੇ 'ਤੇ ਕੌਣ ਸੀਗਾ? ਅਬੀ ਤਾਇਰਾ, ਭਾਈ ਆਸਫ, ਸਮੀਰ ਬੇਟਾ, ਕਬੀਰ ਬੇਟਾ, ਮਾਇਮਾ ਰਾਣੀ। ਅਤੇ ਉਹਨਾਂ ਨੇ ਸਿੱਧੀ ਹੁਣ ਜੀ ਚਾਏ ਸ਼ਾਏ ਚਾਏ ਪਿਲਾ ਕੇ ਬਰਤਨ ਧੋ ਕੇ ਰੱਖੇ ਆ, ਚਿਕਨ ਫਰਿੱਜ ਕੱਢ ਕੇ ਅਤੇ ਬਾਹਰ ਰੱਖਿਆ ਵਾ। ਅਤੇ ਕਿਉਂਕਿ ਅੱਜ ਜੁੰਮਾ ਵਾ, ਸਾਰੇ ਪੈਰ ਲੀਆਂ ਚੌਕਾ ਚੌਕਾ ਜੁੰਮਾ ਮੁਬਾਰਕ ਹੋਵੇ। ਟਾਈਮ ਤਾਂ ਹੁਣ ਹੋ ਗਿਆ ਵਾ 3 ਵਜਣੇ ਵਾਲੇ ਆ, ਲੇਕਿਨ ਇਹ ਆ ਕਿ ਭਾਈ ਦੁਕਾਨ ਲੇਟ ਖੋਲ੍ਹਦੇ ਆ, ਇਸ ਕਰਕੇ ਜੀ ਚਿਕਨ ਮੈਂ ਅਕਸਰ ਫਰਿੱਜ ਮੰਗਾ ਕੇ ਰੱਖ ਲੈਂਦੀ ਹਾਂ। ਸ਼ੁਕਰ ਵਾਲੀ ਮੇਰੇ ਕੋਲ ਹੈ ਨਹੀਂ, ਜਿਹਨਾਂ ਨੇ ਕਹਿਣਾ ਸੀ ਅੱਧੇ ਦੇ ਆਲੂ ਲਾਹ ਜਲਦੀ, ਮਹਿਮਾਨ ਵਾਸਤੇ ਲੱਗੇ ਸੀ ਖਾਣਾ ਬਣਾਉਣ, ਫਟਾਫਟ ਦਵਾ ਦਵਾ ਵਾਲੀ ਗਏ। ਦਹੀਂ ਵੀ ਪਿਆ ਵਾ, ਰਾਇਤਾ ਵੀ ਜਮਾਵਾਂਗੇ ਔਰ ਆਲੂ ਪਾਉਂਗੀ ਵਿੱਚ, ਚਿਕਨ ਪਾਉਂਗੀ। ਅੱਛਾ, ਚਾਵਲ ਬਣਾਉਣ ਲੱਗੇ? ਹਾਂਜੀ ਚਾਵਲ। ਮੇਰਾ ਤੇ ਸਿਰ ਨਹੀਂ ਹਟਿਆ ਅੱਜ ਤੱਕ ਬਾਈ, ਤੇਰਾ ਕੋ ਮੈਂ ਕਹਿਣਾ ਵਾ ਕਿ ਮੇਰੇ ਸਿਰ 'ਚ ਤੇਲ ਤਾਂ ਪਾ ਦੇ। ਮੈਂ ਤੁਹਾਨੂੰ ਦਿੰਦੀ ਹਾਂ ਤੇਲ, ਤੁਸੀਂ ਨਾ ਸੱਚੀ ਐਸਾ ਪਰਾਠਾ ਖਾ ਕੇ ਮੈਂ ਅੱਜ ਹੋਇਆ ਹੋਇਆ ਨਾ, ਮੇਰਾ ਅਜ਼ਾਬ ਤੇ ਚੜਿਆ। ਖਾਦਾ ਤੇ ਅਸੀਂ ਜ਼ਲੀਲ ਹੋਏ ਪਏ ਸੀ। ਜ਼ਲੀਲ ਬਈ ਅਲੀ ਵੀ, ਮੈਂ ਵੀ ਸ਼ਰਬਤ ਗਿਆ ਵੀ ਮੈਂ ਆਇਆ, ਮੈਨੂੰ ਕੋਈ ਪਤਾ ਨਹੀਂ ਨਾ, ਮੇਰੇ ਦਰਦ ਹੋਈ ਸਿਰ 'ਚ, ਹੋਏ ਮੇਰੇ ਹਲੇ ਵੀ ਹੋ ਰਹੀ ਹੈ, ਮੈਂ ਮੇਰੇ ਵੀ ਹੋ ਰਹੀ, ਮੇਰੇ ਬੈਕ ਸਾਈਡ ਤੇ ਸਿਰ 'ਚ ਹੋ ਰਹੀ ਆ, ਮੇਰੇ ਵੀ ਬੈਕ ਸਾਈਡ ਤੇ ਹੁੰਦੀ ਆ, ਪਤਾ ਨਹੀਂ ਸਾਡੇ ਸਾਰੇ ਦੀ। ਅਲੀ ਵੀ ਕੱਲ ਤੇ ਕਹਿ ਰਿਹਾ ਇਹ ਨਹੀਂ, ਮੇਰਾ ਤੇ ਨੀਂਦ ਦੀ ਵਜ੍ਹਾ ਤੋਂ ਮਸਲਾ, ਮੇਰੇ ਵੀ ਨੀਂਦ ਦੀ ਵਜ੍ਹਾ ਤੋਂ ਹੀ ਆ, ਪਰ ਟਾਈਮ ਨਾਲ ਸੌਂ ਜਾਣਾ ਸੀ ਸ਼ਾਮੋ ਸ਼ਾਮ। ਚਲੋ ਠੀਕ ਹੋ ਗਿਆ, ਨਹੀਂ ਸਾਨੂੰ ਬਰਲ ਕਹਿ ਦੇਈਦਾ, ਸਾਨੂੰ ਨੀਂਦ ਕੋਈ ਨਹੀਂ ਆਉਂਦੀ ਫਿਰ। ਬਾਈ ਫਿਆ ਸਾਰਾ ਦਿਨ ਆਪਣਾ ਫੋਨ ਤੇ ਲੱਗੇ ਰਹਿੰਦੇ। ਮੈਂ ਮਸਾਲੇ ਬਣਾ ਦਵਾਂ ਨਾ, ਚਾਵਲ ਵੀ ਮੈਂ ਉਧਰੋਂ ਲਿਆਈ ਆ ਛਾਣ ਕੇ, ਤੇ ਇਹ ਚਾਵਲ ਰੰਗ ਕਿਉਂ ਇੰਨਾ ਹਲਦੀ ਦਿੱਤੀ ਹੈ, ਹਲਦੀ ਲਾਈ ਹੈ ਨਾ ਫਿਰ ਤੁਸੀਂ? ਮੈਂ ਦੇਖ ਰਿਹਾ ਵੀ ਇੰਨਾ ਰੰਗ ਕਿਉਂ ਚੜਿਆ ਪਿਆ ਇਹਨਾਂ ਨੂੰ, ਤੁਸੀਂ ਕੀ ਖਿਆਲ ਆ ਪਰਾਚ ਪਾਏ ਧੁੱਪ ਤੇ ਫੱਸ ਗਏ? ਅੱਛਾ ਅੱਛਾ ਠੀਕ ਹੋ ਗਿਆ, ਛੋਟੇ ਛੋਟੇ ਕੱਟਾ। ਹਾਂਜੀ ਇਹਦੇ ਬੜੇ ਨਾ ਕੱਟੇ, ਉਹ ਇਹ ਬੜੇ ਨਹੀਂ ਸੋਹਣੇ ਲੱਗਦੇ, ਉਹਨਾਂ 'ਚ ਉਹ ਸਾਰਾ ਹੋਰ ਸਭ ਦਾ ਜ਼ਾਇਕਾ ਹੁੰਦਾ, ਛੋਟੀਆਂ ਜਿਹੀ ਟੇਸਟ ਦਾ। ਲਾਈਟ ਰੱਖਣੀ ਪੈਣੀ ਨਾ ਬੱਚਿਆਂ ਨਾਲ, ਫਰਾਈ ਚ ਸਹੀ ਕਰ ਲਵਾਂਗੇ। ਨਹੀਂ ਨਹੀਂ ਨਿੱਕੇ ਨਿੱਕੇ ਕਟਿਓ ਨਾ ਆਲੂ, ਵੀ ਇਹ ਤਰ੍ਹਾਂ ਸੋਹਣੇ ਹੁੰਦੇ ਲੱਗਦੇ ਕੱਟਣ 'ਚ। ਬਾਜੀ ਮੈਨੂੰ ਮੋਟਰਸਾਈਕਲ ਤੇ ਆਇਆ, ਪਤਾ ਨਹੀਂ ਕਾਰ ਤੇ ਨਹੀਂ ਆਇਆ, ਮੋਟਰਸਾਈਕਲ ਖੜਾ ਉਹਨਾਂ ਦਾ ਬਾਹਰ। ਹਾਂ ਮੋਟਰਸਾਈਕਲ ਵੀ ਤੁਸੀਂ ਕਿੱਥੇ ਆਏ ਆ? ਕਬੀਰ ਬੱਚੇ ਇਧਰ ਆਓ, ਕਾਰ ਤੇ ਆਏ ਮੋਟਰਸਾਈਕਲ ਤੇ? ਮੋਟਰਸਾਈਕਲ ਤੇ ਆਏ ਕਾਰ। ਅੱਛਾ ਅੱਛਾ ਤੇ ਨਹੀਂ ਆਏ, ਪਾਣੀ ਖਲੋਤਾ, ਬੁਰਾ ਹਾਲ, ਪਤਾ ਵੀ ਨੀ ਲੱਗਦਾ ਕਿੱਥੇ ਖੜਾ ਕਿੱਥੇ। ਹਾਂਜੀ ਚਲੋ ਜੀ, ਤੁਸੀਂ ਚੀਜ਼ਾਂ ਤਿਆਰ ਕਰ ਲਓ, ਅਸੀਂ ਉਦੋਂ ਤੱਕ ਥੋੜੀ ਬਹੁਤੀ ਗੱਪਸ਼ਪ ਕਰ ਲਈਏ। ਮੈਂ ਲੱਗੀ ਹਾਂ ਜੀ ਹਰ ਚੀਜ਼ ਤਿਆਰ ਕਰਕੇ, ਚਾਵਲ ਚੁੱਕ ਕੇ ਭੇਜ ਕੇ ਓਇਲ ਪਾ ਲਵਾਂ ਇੱਥੇ, ਓਇਲ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਹਾਂ, ਨਮਕ ਲਗਾ ਕੇ ਪਿਆਜ਼ ਵੀ ਰੱਖ ਲਏ ਰਹਿਤੇ ਵਾਸਤੇ, ਕਿਉਂਕਿ ਮੈਂ ਅਗਲੇ ਦਿਨ ਦਹੀਂ ਜਮਾਇਆ ਸੀ ਅਤੇ ਦਹੀਂ ਪਿਆ ਉਹ ਇੱਥੇ, ਪਿਆਜ਼ ਪਾਤੇ ਆ, ਓਇਲ ਹਲੇ ਇੰਨਾ ਗਰਮ ਨਹੀਂ ਸੀ ਹੋਇਆ, ਅਸੀਂ ਪਹਿਲੇ ਪਾਤੇ, ਗਰਮੀ ਆ ਨਾ ਫਿਰ ਇਸ ਕਰਕੇ ਬੀਬੀਆਂ ਕਹਿੰਦੀਆਂ ਛੇਤੀ ਛੇਤੀ ਕੰਮ ਹੋਵੇ, ਲੇਕਿਨ ਓਇਲ ਹਲੇ ਗਰਮ ਨਹੀਂ ਸੀ ਹੋਇਆ, ਮੈਨੂੰ ਯਾਦ ਹੀ ਨਹੀਂ, ਮੈਂ ਵਿੱਚ ਪਾਤੇ ਮਿਕਸ ਕਰਕੇ ਪਿਆਜ਼ ਗੋਲਡਨ ਫਰਾਈ ਕਰ ਲੈਂਦੀ ਹਾਂ। ਖਜੂਰਾਂ ਉਹ ਸੁੱਕ ਗਈਆਂ ਸੀ, ਉਹ ਬਾਹਰ ਲੱਗਿਆ, ਉਹ ਉਹਦੇ ਵਿੱਚ ਮੈਂ ਤੈਨੂੰ ਦੱਸਦੀ ਹਾਂ,
ਉਹਦੇ ਵਿੱਚ ਕੀ ਲੱਗਿਆ ਫਿਰ ਮੈਂ ਤੈਨੂੰ ਜਾਣੀ ਆ, ਫਿਰ ਤੂੰ ਮੈਨੂੰ ਦੱਸੀ ਕਿਹੜੀਆਂ ਪੌਦੇ ਕਰਨਾ, ਫਿਰ ਮੈਂ ਤੈਨੂੰ ਦੱਸਦੀ ਹਾਂ। ਅੱਛਾ ਹਾਂ, ਹਰ ਬੱਚੇ ਨੇ ਜੀ ਇਹ ਕੰਮ ਕਰਨਾ ਹੁੰਦਾ, ਹਰ ਬੱਚੇ ਨੇ ਸੁਭਾਅ ਲਈ ਵੀ ਝੂਟੇ ਲਿਆਉਂਦੇ। ਤੇਰੀ ਕਮੀ ਸੀ ਹੈ ਨਾ ਦਾਣੇ ਦੀ, ਪਿਛਲੀ ਵਾਰ ਸੀਟਾਂ ਮਲ ਗਏ ਸੀ। ਬਾਹਰ ਨਾ ਜਾਏ, ਗਰਮੀ ਬਹੁਤ ਆ, ਬਾਹਰ ਨਹੀਂ ਜਾਣਾ ਮੇਰਾ ਪੁੱਤ, ਅੰਦਰ ਪਵੇ ਏਸੀ ਵਾਲੇ ਕਮਰੇ 'ਚ। ਚਲੋ ਕਬੀਰ, ਗਰਮੀ ਬਹੁਤ ਆ ਪੁੱਤ, ਕਿਚਨ 'ਚ ਖਾਣਾ ਬਣਨ ਦਿਆ ਮੇਰਾ ਪੁੱਤ, ਗਰਮੀ ਆ, ਉੱਥੇ ਪਵੋ ਏਸੀ ਵਾਲੇ ਕਮਰੇ 'ਚ। ਅੱਛਾ ਅੱਛਾ, ਦੇਖ ਲਓ ਪੱਟਿਓ ਨਾ, ਦੇਖ ਲਓ। ਫਟਾਫਟ ਹੋ ਜਾਓ ਪਿਆਰ, ਸ਼ੋਰ ਆਉਣਾ ਵਾ। ਚਿਕਨ ਪਿਆ ਸੀ ਘਰ ਮੈਂ ਰੱਖਿਆ, ਪਿਘਲ ਗਿਆ ਤੇ ਹੁਣ ਨਹੀਂ ਸੀ ਮਿਲਣਾ। ਪਿਆਜ਼ ਹੋ ਗਈ ਫਰਾਈ, ਇੱਥੇ ਹੁਣ ਅਸੀਂ ਪਾਉਂਦੇ ਹਾਂ ਚਿਕਨ। ਚੇਂਜ ਕਰ ਦਿੰਦੀ ਹਾਂ ਤਾਂ ਕਲਰ ਚੇਂਜ ਕਰ ਦਿੰਦੀ ਪੁੱਤਰ ਦਾ। ਟਮਾਟਰ ਮਿਰਚਾਂ ਪਾ ਲਈਏ, ਨਾਲ ਹੀ ਖੜੇ ਮਸਾਲੇ ਤੇ ਬੈਠੇ ਮਸਾਲੇ ਪਾ ਲੈਣੇ, ਮੋਟੀ ਇਲਾਇਚੀ, ਛੋਟੀ ਇਲਾਇਚੀ, ਦਾਲਚੀਨੀ, ਜੜਾ ਮਿਰਚ, ਲਾਲ ਮਿਰਚ ਦਾ ਪਾਊਡਰ, ਨਮਕ, ਜੀਰਾ। ਬੁਨਾਈ ਕਰਾਂਗੇ, ਟਮਾਟਰਾਂ ਦੇ ਪਾਣੀ ਦੇ ਵਿੱਚ ਬਣਾਈ ਹੋ ਜਾਣੀ ਹੈ ਤੇ ਤਕਰੀਬਨ 10 ਮਿੰਟ ਵਾਸਤੇ ਕਰਾਂਗੇ। ਉਸ ਤੋਂ ਬਾਅਦ ਅਸੀਂ ਆਲੂ ਪਾਵਾਂਗੇ, ਕਿਉਂਕਿ ਆਲੂ ਪਾਈ ਤੇ ਆਲੂ ਕਮਰੇ ਨੂੰ ਬਰੀਕ ਕੱਟੋ। ਮਾਜੀ ਬਾਹਰ ਆਏ ਉੱਠ ਕੇ। ਅੱਛਾ ਜੀ, ਤੇ ਮੈਂ ਪਿਆਜ਼ ਦਹੀਂ ਦੇ ਵਿੱਚ ਪਾ ਲਏ, ਜਾਮਨੀ ਪਿਆਜ਼, ਫਿਰ ਉਹਦੇ ਨਮਕ ਪਾਉਣੀ, ਰਾਇਤਾ ਵੀ ਬਣਾ ਲਈਏ, ਹਰੀ ਮਿਰਚ ਕੁੱਟ ਕੇ ਪਾਈ ਆ ਤੇ ਵਿੱਚ ਹੀ ਰੱਖ ਦੇਣਾ ਹਲੇ। ਦੁਪਹਿਰ ਬੂਟੀ ਤਾਂ ਸਾਡੇ ਲੱਗੀ ਆ, ਫੁੱਲ ਵੀ ਕੱਢੇ। ਨਾਰੀਅਲ ਦਾ ਕੀ ਕਹਿੰਦੇ ਤੁਹਾਡੇ ਮਾਮੂ, ਕੀ ਚਲਾਓ? ਕੀ ਓਲਡਰ? ਅੱਛਾ ਜੀ, ਅਲੀ ਦਾ ਹੁਕਮ ਆ ਓਲਡਰ ਚਲਾਓ, ਅਸੀਂ ਲੱਗੇ ਹਾਂ ਜੀ ਓਲਡਰ ਚਲਾਉਣ।
ਕਬੀਰ ਬੇਟਾ ਸੁਨੇਹਾ ਲੈ ਕੇ ਆਇਆ ਵਾ, ਰਾਇਤਾ ਬਣਾ ਕੇ ਮੈਂ ਫ੍ਰਿਜ ਰੱਖ ਲਿਆ ਵਾ। ਬਾਕੀ ਪੈ ਜਾਓ, ਕੁਰਸੀ ਉਲਟ ਜਾਣੀ ਥੱਲਿਓ, ਚੰਗਾ ਕੀਤਾ ਮੋਟਰਸਾਈਕਲ ਤੇ ਆ ਕੇ ਸਫ਼ਰ। ਹਾਂਜੀ ਸੁਭਾ ਆਲੂ ਪਾਤੇ ਆ, 5-6 ਮਿੰਟ ਬਾਅਦ ਹੋਰ ਜਨਾ ਕਰਦੇ ਆ। ਬਣਾਈ ਕਰ ਲਈ, ਹੁਣ ਪਾਣੀ ਪਾ ਦੀ। 2 ਮੱਗੇ ਚਾਵਲਾਂ ਦੇ ਆ ਤੇ 4 ਮੱਗੇ ਪਾਣੀ ਦੇ ਪਾਉਂਗੇ। ਮਿਕਸ ਕਰਦੇ ਆ ਤੇ ਪਾਣੀ ਨੂੰ ਪੱਕਣ ਦਿੰਦੇ ਹਾਂ, ਉੱਥੇ ਦਿੰਦੇ ਢੱਕਣ ਚ, ਬਰਤਨ ਵੀ ਨਾਲ ਨਾਲ ਮੈਂ ਧੋਈ ਜਾਂਦੀ ਹਾਂ। ਪਾਣੀ ਪੱਕ ਪੱਕ ਕੇ ਕਮਲਾ ਹੋ ਗਿਆ, ਮੈਂ ਚਲ ਗਈ ਸੀ ਬਾਹਰ, ਗਰਮੀ ਲੱਗ ਰਹੀ ਸੀ, ਚਾਵਲ ਪਾ ਦਈਏ ਵਿੱਚ। ਅਜੀਬ ਮੈਂ ਕਿਹਾ ਮੈਨੂੰ ਬਰਤਨ ਉੱਪਰੋਂ ਲਾ ਕੇ ਦੇਵੋ, ਕਿਉਂਕਿ ਮੇਰੇ ਵਜ੍ਹਾ ਨਾ ਕੁਰਸੀ ਨਾ ਨਾ ਟੁੱਟ ਜੇ, ਕੁਰਸੀ ਦਾ ਪਟਾਕਾ ਪੈ ਜਾਣਾ ਕਿ ਨਹੀਂ। ਬਸ ਮੇਰੇ ਵਜ਼ਨ ਕੋਈ ਨੀ, ਮੈਂ ਤਾਂ ਫੁੱਲੀ ਹੋਈ ਆ। ਨਹੀਂ ਨਹੀਂ ਵਜ਼ਨ ਕਿੱਥੇ, ਬਸ ਗੋਲੇ ਦਿੱਲੀ ਕਰ ਲਓ, ਹਵਾ ਚ ਉੱਡ ਜਾਣਾ ਤੁਸੀਂ। ਮੈਂ ਤੁਸੀਂ ਆ ਦਮ ਦਿਓ ਤੇ ਮੈਂ ਨਹਾ ਲਵਾਂ ਉਦੋਂ ਤੱਕ। ਯਾਰ ਉਹ ਕਾਟਨ ਦੇ, ਮੈਂ ਆਹੀ ਨਾ ਪਾਉਂ। ਵਿੱਚ ਕੋ ਪਿਆ ਕੋਲਾ ਅਲੀ ਦੇ ਪਾ ਲਓ, ਮੇਰੇ ਪਾ ਲਓ, ਮੈਂ ਖਿਆਲ ਰੱਖਿਆ। ਹੈ ਬੈਡ ਤੇ ਮੈਂ ਸਾਰੀਆਂ ਜਣੀਆਂ ਕੋਲ ਬੈਠਿਆ ਨਹੀਂ ਸੀ ਜਾਣਾ, ਇੱਥੇ ਸਟਾਈ ਲਿਆ ਕੇ ਵਿਛਾਈ ਆ, ਪਾਣੀ ਗਲਾਸ ਚਮਚੀਆਂ ਸਾਰੇ ਮਤਲਬ ਬਰਤਨ ਰੱਖ ਲਏ ਆ, ਦਮ ਦਿੱਤਾ। ਹੁਣ ਮੈਂ ਦੇਖਦੀ ਹਾਂ, ਟਾਈਮ ਹੋਇਆ 4:04 ਤੇ ਅਸੀਂ ਲੱਗਿਆ ਸ਼ਾਮ ਦਾ ਖਾਣਾ ਖਾਵਾਂਗੇ। ਦਮ ਦਿੱਤਾ ਸੀ ਮੈਂ, ਦੇਖਦੀ ਹਾਂ ਇੱਕ ਵਾਰੀ। ਸਭ ਤੋਂ ਪਹਿਲਾਂ ਸਾਡੇ ਘਰ ਦਾ ਬੰਦਾ ਹੀ ਬਹਿ ਗਿਆ ਵੀਰ, ਉੱਥੇ ਚਲੋ ਹੋਈ ਹੋਣੀ ਸਟਾਈ ਤੇ ਬੈਗ, ਮੈਂ ਕਿਹਾ ਸਾਲਾ ਨਾ ਖਾਂਦੇ ਹਾਂ, ਆ ਜਾਓ। ਖਿਲੇ ਖਿਲੇ ਮਿਲੇ ਮਿਲੇ ਉਹ ਫਿਰ ਆਪਣੇ ਆਉਂਦਾ ਇਹ ਫਾਇਦਾ ਹੁੰਦਾ ਨਾ, ਚੀਜ਼ ਅੱਛੀ ਮਿਲ ਜਾਂਦੀ ਹੈ। ਮੈਂ ਤਾਂ ਆਪਣੇ ਵਾਸਤੇ ਚਾਹ ਰੱਖਣਾ, ਮਹਿਮਾਨਾਂ ਵਾਸਤੇ ਆ। ਨਹੀਂ ਨਹੀਂ ਮੈਂ ਰਾਇਤਾ ਨਹੀਂ ਖਾਂਦਾ, ਮੈਂ ਪੁੱਛਿਆ, ਮੈਂ ਕਿਹਾ ਇਹ ਮਹਿਮਾਨਾਂ ਵਾਸਤੇ ਵੱਡੀ ਪਲੇਟ ਸਾਰਿਆਂ। ਅੱਛਾ 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 ਅੱਛਾ, ਸਹੀ ਹੋ ਗਿਆ ਸਹੀ ਹੋ ਗਿਆ। ਆ ਕੁੰਡਾ ਕਿੱਡਾ ਸੋਹਣਾ ਬਾਜੀ ਨੇ ਦਿੱਤਾ ਸੀ ਨਾ, ਤੁਹਾਨੂੰ ਪਤਾ ਕਿਤਨਾ ਪਿਆਰਾ ਵਾ, ਬਹੁਤ ਸੋਹਣਾ ਲੱਗਦਾ ਵਾ।
ਐਵੇਂ ਤਾਂ ਬੰਦਾ ਗੋਲ ਇਹ ਸੋਚੀਏ ਕਿ ਇੱਥੇ ਮਿਸਤਰੀ ਕੋਲ ਪੱਕਾ ਹੀ ਬਣਵਾ ਦੇ ਜਿਹਦੇ ਜਿੱਦਾਂ ਮਰਜ਼ੀ ਕੁੱਟੀ ਜਾਵੇ ਕੰਧ 'ਚ ਨਾ ਬਣਾਇਆ ਹੋਵੇ। ਅੱਛਾ ਜੀ, ਅਸੀਂ ਹੁਣ ਚਾਵਲ ਕਰਨਗੇ ਸਾਰੇ ਬੈਠ ਕੇ। ਚਲੋ ਅਸੀਂ ਖਾਣਾ ਲਾਤਾ ਵਾ, ਬਾਜੀ ਪਾਪਾ ਦੇ ਰਹੀ ਹੈ ਸਾਰਿਆਂ ਨੂੰ। ਬੋਟੀਆਂ ਤੇ ਚਾਵਲ ਪਹਿਲੇ ਭਾਈ ਆਸੂ ਨੂੰ ਪਾ ਕੇ ਦਿਓ ਨਾ, ਮਹਿਮਾਨ ਤੇ ਬੋਟੀਆਂ ਵੀ ਮੰਗਦੇ। ਤੁਸੀਂ ਨਾ ਇਦਾਂ ਨੀ, ਇਦਾਂ ਨੀ, ਇਦਾਂ ਨੀ, ਇਦਾਂ ਨੀ ਇਹਨੂੰ ਰੱਖ ਕੇ ਨਾ ਫੇਰਨਾ ਵਾ, ਪਤਾ ਨਾ ਚੱਲੇ ਜਿੱਧਰ ਆ ਗਿਆ। ਹਾਂਜੀ, ਨਹੀਂ ਐਵੇਂ ਨਹੀਂ, ਐਵੇਂ ਨਹੀਂ, ਥੱਲੇ ਥਾਲੀ ਰੱਖ ਕੇ ਨਹੀਂ ਉਹ ਸੁੱਟਣਾ ਨਹੀਂ। ਹਾਂ ਇਹ ਤੁਹਾਡੀ ਕਿਸਮਤ ਚੋ ਆਇਆ ਸੀ। ਹਾਂ ਮੇਰੀ ਅੱਛਾ, ਮੈਂ ਦੂਸਰੇ ਨੰਬਰ ਤੇ ਪਾਈ ਸੀ। ਨਹੀਂ ਨਹੀਂ ਚੰਗੇ ਰਹਿ ਗਏ ਚਿੱਟਾ ਚੌਂਸਾ ਹੀ ਆ, ਰੰਗ ਦੇ ਹੈ ਤਾਂ ਚਿੱਟਾ ਚੌਂਸੇ ਦਾ। ਅੱਛਾ ਮੈਂ ਆਪ ਨਾ ਲੈ ਕੇ ਜਾਣਾ, ਜਿਹਦੇ ਨਾਲ ਹੁਣ ਮੈਂ ਕਾਰ 'ਚ ਆਇਆ ਨਾ, ਚਿੱਟੇ ਚੌਂਸੇ ਦਾ ਮੈਂ ਪੌਦੇ ਲੈ ਕੇ ਜਾਣੇ ਆ। ਇੱਥੋਂ ਲੱਭਦੇ ਮੁਜ਼ੱਫਰ ਕਿਉਂ ਲੱਭਦੇ ਆ? ਚੌਕ ਆਸਮ ਆਏ ਸੀ। ਮੁਜ਼ੱਫਰਗੜ੍ਹ ਕੀ ਉੱਥੇ? ਮੁਜ਼ੱਫਰਗੜ੍ਹ ਕਿੱਥੇ ਕਿਉਣਾ? ਬੂਟੇ ਲੈ, ਬੂਟੇ ਅੰਬਾਂ ਦੇ ਲੈਣੇ ਆ, ਮੁਲਤਾਨੋਂ ਲੈ ਲੈਂਦੇ ਆ, ਉਸ ਤੋਂ ਵੀ ਪਰੇ ਸੱਖਰ ਚੱਲਦੇ, ਮੁਲਤਾਨੋਂ ਅੱਛੇ ਮਿਲਦੇ ਜ਼ਿਆਦਾ। ਬਾਈ ਸਾਹਿਬ ਖਾਓ, ਨਹੀਂ ਤਾਂ ਮਸ਼ੀਨ ਚੱਲ ਜਾਣੀ। ਮੈਂ ਵੀ ਫਿਰ ਚੰਗਾ ਹੀ ਚੁੱਕਾਂ। ਚੰਗਾ ਹੀ ਚੁੱਕੋ, ਮੈਂ ਇੱਥੇ ਅੱਖ ਰੱਖੀ ਸੀ। ਅਜੇ ਮੇਰਾ ਤੁਹਾਨੂੰ ਘਾਟਾ ਆਣਾ, ਇਦਾਂ ਗੱਲ ਕੀਤੀ ਤੋਬਾ ਕਰ ਵੀ ਇਹ ਕੁੜੀ ਆ ਜਿਵੇਂ ਤੂੰ ਇੱਥੇ ਅੱਖ ਰੱਖੀ ਸੀ। ਮੈਂ ਤੇਰੇ ਮੱਥੇ ਨੂੰ ਕੀ ਹੋਇਆ? ਇਧਰ ਮੁੰਡਾ ਤਾਂ ਭੁੰਡੀ ਲੜੀ ਆ, ਆਖ ਮੇਰੀ ਨਾ ਨਿੰਗੀ ਨਿੰਗੀ ਹੋਈ ਆ, ਭੁੰਡੀ ਲੜੀ ਆ ਜਿਹੜੀ ਆ ਉੱਡਦੀ ਆ, ਸਾਰਾ ਮੱਛਰ ਖਰਾਬ, ਭੁੰਡੀ ਲੜੀ ਆ। ਅੱਜ ਬਾਹਰ ਨਹੀਂ, ਇੱਥੇ ਨਹੀਂ ਸੋਣਾ, ਅੱਜ ਅੰਦਰ ਸੋਣਾ। ਮੈਂ ਤੁਹਾਨੂੰ ਕੱਲ ਉਹੀ ਦੱਸਿਆ ਸੀ ਨਾ ਕਿ ਭੁੰਡੀ ਲੜ ਜਵੇ ਅੱਖ ਤੇ, ਲੜਦੀ ਲੜਦੀ ਅੱਖ ਤੇ ਆ। ਹਾਂ ਮੇਰੇ ਹਰ ਸਾਲ ਅੱਖ ਨਹੀਂ ਕਰਦੀ ਇਹ, ਫਿਰ ਇਹਨੂੰ ਕਿੰਨੀ ਕੀ ਅੱਖ ਪਸੰਦ ਆ। ਹੁਣ ਪਤਾ ਮੁੰਡੇ ਦੀ ਅੱਖ ਸੋਹਣੀ ਆ ਤੇ ਹੁੰਦੀ ਵੀ ਸੱਜੀ ਅੱਖ ਹੀ ਅੰਨੀ ਆ। ਸੱਚੀ ਅੱਛਾ ਅੰਬ, ਅਸੀਂ ਨਾ ਤੁਹਾਨੂੰ ਕੈਮਰੇ ਦਿਖਾ ਕੇ ਨਹੀਂ ਖਾਣਾ ਚਾਹੁੰਦੇ, ਬੰਦਾ ਨਾ ਤੁਹੀਨੀ ਜਿਹੀ ਹੋ ਜਾਂਦੀ ਆ। ਮੇਰੇ ਤੇ ਪਾ, ਮੈਨੂੰ ਤਾਂ ਕੋਈ ਨਹੀਂ, ਖੋਲ ਕੇ ਬੰਦਾ ਅੰਬ ਨਹੀਂ ਖਾ ਸਕਦਾ। ਅੱਛਾ ਜੀ, ਅਸੀਂ ਖਾ ਲਈਏ, ਇੰਨਾ ਜ਼ਬਰਦਸਤ ਮੌਸਮ, ਆਪਣੀ ਦਾ ਕਿੱਡੇ ਮਜ਼ੇ ਨਾਲ ਬੈਠਾ। ਓਏ ਹੋਏ 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 ਹੋਏ, ਕਿੱਡੇ ਆਪਾਂ ਕਵਾ ਪੀਤਾ ਨਾ, ਕਿੰਨਾ ਜ਼ਬਰਦਸਤ ਮੌਸਮ, ਮਾਸ਼ਾ ਅੱਲਾਹ, ਠੰਡੀ ਹਵਾ ਚੱਲ ਰਹੀ ਆ, ਸ਼ਾਮ ਦਾ ਵਿਊ, ਤੇ ਪਰਿੰਦੇ ਕਰੋਪੀਆਂ ਤੇ ਬੈਠੇ ਇੰਨੇ ਸੋਹਣੇ ਲੱਗ ਰਹੇ ਆ, ਸਾਰੇ ਚੱਲ ਗਏ, ਮੈਂ ਕਲਿੱਪ ਪਾਉਣ ਲੱਗੇ ਸੀ, ਇੱਕ ਆ ਕੇ ਫਿਰ ਬਹਿ ਗਿਆ। ਵੇ ਬਹਿ ਜਾਓ, ਇੰਨੇ ਸੋਹਣੇ ਬੈਠੇ ਸੀ, ਦੁੱਖ ਸੁੱਖ ਕਰਨ ਦੇ ਉੱਡ ਗਏ। ਤੇਰੇ ਮਤਲਬ ਦੁੱਖ ਸੁੱਖ ਕਰਦੇ।